Subscribe now and press the bell icon. Never miss an update. नमस्कार, मैं हैप्पी सिंगला पीवी न्यूज़ विच तुहाडा स्वागत करती हाँ। जिवें कि अज 14 तारीख है, किसानां राही ऐलान होया सी कि 14 तारीख नूं डीसी ऑफिस का घेराव करना है, सांसद सुनीता दुग्गल की कोठी का घेराव किया जाएगा। इस टाइम मौके दीआं बिल्कुल सीधीआं लाइव तस्वीरां दिखा रहे हैं किस तरह कोठी के अगे बैरीगेटिंग की गई है। पुलिस प्रशासन वालों पूरे पुख्ता इंतजाम ने। दूसरे पासे किसान वीरां की गल की जाए तो उन्होंने भी हौसले पूरे बुलंद ने। कोठी के घेराव की पूरी तैयारी हो रही है, दिखा रहे हैं मौके दीआं बिल्कुल सीधीआं लाइव तस्वीर। ਖੱਬਾ ਪੈਰ ਜੁੱਤੀ ਦਾ, ਮੋਦੀ ਸਾਰਾ ਕੁੱਤੀ ਦਾ। ਖੱਬਾ ਪੈਰ ਜੁੱਤੀ ਦਾ, ਮੋਦੀ ਸਾਰਾ ਕੁੱਤੀ ਦਾ। ਮੁੰਡੇ ਕਿੰਨੇ ਸੋਹਣੇ ਆਏ, ਮੋਦੀ ਤੇਰੇ ਪ੍ਰਾਹਣੇ ਆਏ। 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 ਮੋਦੀ ਤੇਰੇ ਪ੍ਰਾਹਣੇ ਆਏ, ਮੁੰਡੇ ਕਿੰਨੇ ਸੋਹਣੇ ਆਏ, ਮੋਦੀ ਤੇਰੇ ਪ੍ਰਾਹਣੇ ਆਏ। ਮੁੰਡੇ ਕਿੰਨੇ ਸੋਹਣੇ ਆਏ, ਮੋਦੀ ਤੇਰੇ ਪ੍ਰਾਹਣੇ ਆਏ। ਅਸੀਂ ਚੁਰ ਕੇ ਇਹਨੂੰ ਸੰਸਦ ਚ ਭੇਜਿਆ ਸੀ, ਸਾਡੀ ਆਵਾਜ਼ ਉਠਾਉਣ ਲਈ। ਅਸੀਂ ਸਾਡੀ ਆਵਾਜ਼ ਉਠਾਉਣ ਲਈ ਇਹਨੂੰ ਚੁਰ ਕੇ ਭੇਜਿਆ ਸੀ। ਅਸੀਂ ਇਹਦੇ ਨਾਲ ਗੱਲ ਕਰਨ ਆਏ ਹਾਂ। ਇਨਕਲਾਬ ਜਿੰਦਾਬਾਦ। ਸਪੀਕਰਾਂ ਦਾ ਮੂੰਹ ਪਾਛੇ ਤੇ ਐਮਪੀ ਦੇ ਘਰ ਵੱਲ ਨਹੀਂ ਕਰਦੇ। ਸਪੀਕਰਾਂ ਦਾ ਮੂੰਹ ਚੋਰ ਐਮਪੀ ਦੇ ਘਰ ਵੱਲ ਨਹੀਂ ਕਰਦੇ। ਸੁਨੀਤਾ ਬਖਸ਼ਿਸ਼ ਨੂੰ ਆਵਾਜ਼ ਹੋਰ ਪਿੱਛੇ ਆਉਂਦੇ ਆਉਂਦੇ ਉਹ ਥੋੜ੍ਹਾ ਰਸਤਾ ਦਿਓ ਵੀ ਗੱਡੀ ਨੂੰ ਰਸਤਾ ਦਿਓ, ਮਾਇਕ ਵਾਲੀ ਗੱਡੀ ਨੂੰ ਰਸਤਾ ਦਿਓ। ਥੋੜ੍ਹੀ ਹੋਰ ਪਿੱਛੇ ਕਰਦੇ ਬੇਟਾ, ਥੋੜ੍ਹੀ ਪਿੱਛੇ ਕਰਦੇ ਗੱਡੀ। ਸਾਰੇ ਵੀਰਾਂ ਨੂੰ ਬੇਨਤੀ, ਸਾਰੇ ਬੈਠ ਜਾਓ, ਜਿਹੜੇ ਸਾਹਮਣੇ ਖੜੇ ਉਹ ਵੀ ਬੈਠ ਜਾਓ ਵੀਰੋ। ਕਿਸਾਨ ਬੋਲਣਗੇ, ਕਿਸਾਨਾਂ ਦੇ ਪੁੱਤ ਬੋਲਣਗੇ, ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸਾਡੇ ਨਾਲ ਆਈਆਂ ਉਹ ਬੋਲਣਗੀਆਂ। ਆਪਾਂ ਸਾਰੇ ਹੀ ਇਸੇ ਚੋਰ ਨੂੰ ਜਿਤਾ ਕੇ ਇੱਥੇ ਭੇਜਿਆ ਸੀ। ਅੱਜ ਇਹਨਾਂ ਚੋਰਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਆ। ਇਹਨਾਂ ਚੋਰਾਂ ਦੇ ਅੱਜ ਬਾਹਰ ਚ ਆਪਾਂ ਆਪਦੀ ਗੱਲ ਰੱਖ ਰਹੇ ਹਾਂ ਤਾਂ ਇਹ ਚੋਰ ਆਪਦੇ ਦਰਵਾਜ਼ਿਆਂ ਦੇ ਅੱਗੇ ਪਹਿਲਾਂ ਬੈਰੀਕੇਡ ਲਾਉਂਦੇ ਆ, ਫਿਰ ਪੁਲਿਸ ਨੂੰ ਘਰਾਉਂਦੇ ਆ ਤੇ ਹੁਣ ਇਸ ਚੋਰ ਨੂੰ ਸਾਰੇ ਸਾਰੇ ਵੀਰ ਪਹਿਲਾਂ ਤਾਂ ਜੋ ਸਾਡਾ ਜ਼ਮੀਰ ਮੰਨਦਾ ਲੋਕਾਂ ਥੰਭਣ ਗਏ, ਲੋਕਾਂ ਥੰਭਣ ਗਏ, ਸਾਡਾ ਭਾਈਚਾਰਾ ਜ਼ਿੰਦਾਬਾਦ। ਬੱਚਾ ਬੱਚਾ ਝੋਕ ਦਿਆਂਗੇ, ਬੱਚਾ ਬੱਚਾ ਝੋਕ ਦਿਆਂਗੇ। ਇਹਨਾਂ ਕਾਰਪੋਰੇਟ